हाँ जी, तो आ वीडियो अगला भाग ही है उसका। तो करते हैं स्वागत थोड़ा अपने नवे ब्लॉग च। तो पिछली सी ट्रैक्टर वाली वीडियो देख ली होनी है, तो बाकी हुण तुहानू दिखाने आ असी डॉग शो विच गए सीगे। तो बाकी उत्थे दा ब्लॉग बनाया सीगा असी, वेख्या सीगा दोनों ब्लॉकां नू फिर इकट्ठे कर रहे, एक ट्रैक्टर वाला सीगा ते एक डॉग शो वाला, तां वख वख कर दित्ते ने। तो बाकी देखो ब्लॉग किदां लगे दस्सिओ जरूर। चलो जी देख लो पहले। हाँ जी, तो उधर सारे पास वेले हो गए सारे कामों तो, डॉग शो ते थानू दिखाने आ डॉग वख वख तरह दे। चार को शुरू जे हस्की पे ने, हां देखो होर भी थानू दिखाने आ। कनाल भाई होनी आना फेल लगे ने। बड़े कुत्ते हैगे, आ बीगल देख लो ते खड़े। हाँ जी, कहता देख लो हस्की बड़ी बड़ी टाइम आप पोमेरियन पे ने हस्की। उधर जर्मन शेफर्ड क्या भाई को लैब्राडोर। ਤੁਸੀਂ ਭਾਈ ਬੋਲਦੇ ਕੁਝ ਭਰਾਵਾ, ਮੈਂ ਕੋਈ ਹਿੱਲੇ ਜੋਈ ਭਾਈ ਤੁਸੀਂ ਬੋਲਦੇ ਕੁਝ ਕੁੱਤੇ ਦਿਖਾਣਾ ਹੈ ਸਾਨੂੰ ਇਹ ਕੀ ਕਹਿੰਦੇ ਯਾਰ ਇਹ ਸਾਰੇ ਚਾਉ ਚਾਉ ਤੇ ਸ਼ਿਟ ਵੀ ਰੱਖਿਆ ਹੈ। ਦੇਖੋ ਸੋਹਣੇ ਕਹਿੰਦੇ ਲਾ ਰਹੇ ਤੇ ਆ ਭਾਜੀ ਦਾ ਯਾਰ ਉੱਪਰ ਦੇ ਸਕਦੇ ਆ ਜਿਹੜਾ ਸੁੱਖ ਕੈਨਲ ਤੇ ਉਹ ਭਾਜੀ ਦਾ ਨੰਬਰ ਤੇ ਅੱਗੇ ਤੁਹਾਨੂੰ ਦਿਖਾਉਣੇ ਆ। ये भाई इंग्लिश बोल डाले पॉकेट साइज, वही पॉकेट साइज माइक्रो माइक्रो ओके ठीक है क्या शिटी। ये भाई ये लग रहे हैं सुनते नहीं होंगे ये किन्नी कई देर नेर राउंड है किन्नी केजी ना दी हैगी आ जेना नहीं एक साल तो उतरी सारे दी केड़ा एरिया भाई ਸਾਡਾ ਆਪਣਾ ਆਦਮਪੁਰ ਤੋਂ ਆ ਰਹੇ ਹਾਂ ਜਲੰਧਰ ਸਾਈਡ ਨੂੰ ਓਕੇ ਓਕੇ ਚੱਲਦੇ ਆ ਕਹਾਂ ਦਿਖਾਣੇ ਤੁਹਾਨੂੰ ਹੋਰ ਇਧਰ ਮਾਈਕਰੋ ਸਾਈਜ਼ ਭਾਜੀ ਹੋਣੀ ਵਾਲੇ ਦੋਸਤਾਂ ਦਾ ਹਾਂ ਕਿਆ ਭਾਜੀ ਹੋਣੀ ਕਾਫੀ ਬਰੀਡਾਂ ਲਿਆਉਣੀਆਂ ਹੋਈਆਂ ਨੇ ਤੇ ਜਰਮਨ ਸ਼ਬਦ ਇੱਕ ਉਹ ਪਿੱਛੇ ਬੜੇ ਨੇ ਦਿਖਾਣੇ ਤੁਹਾਨੂੰ ਇੱਥੇ ਹੋਰ ਵੀ ਲੈਬਰਾਡੋਰ फीड भी सारी इतने मेला जो अवेलेबल होती है ना ना इदा नहीं होंगे उल्टा है तो इधर चलता पाया जी आ भाई कड़ी ब्रीड है आ कड़ी ब्रीड है स्मर्ड ये कड़ी अमेरिकन ब्रीड है नहीं रसिया दी ओके अग्रेसिव तो नहीं होते ज्यादा फ्रेंडली है ओके ओके ये कड़े मेल तो फीमेल दोनों है मेल फीमेल बड़े बढ़िया ने ये गर्मी गुर्मी ਦਾ ਸਰਵਾਈਵ ਕਰ ਜਾਂਦੇ ਕਿਦਾਂ ਆਪਣੇ ਢੰਗ ਨਾਲ ਹੀ ਠੀਕ ਆ ਤਾਂ ਏਸੀ ਯੂਸੀ ਵਿੱਚ ਰੱਖਣਾ ਪੈਂਦਾ ਥੋੜਾ ਇਦਾਂ ਜਿੱਦਾਂ ਏਸੀ ਚ ਰੱਖੂਗੇ ਫਿਰ ਏਸੀ ਦੀ ਰਹਿਣਗੇ ਫਿਰ ਓਕੇ ਕਿਹੜਾ ਏਰੀਆ ਵੀ ਆਪਣਾ ਬਰਨਾਲਾ ਜ਼ਿਲ੍ਹਾ ਕੋਈ ਦਾ ਕੈਨਲ ਕੁਨਲ ਦਾ ਨਾਮ ਨੂੰ ਦੱਸ ਲੋ ਵਿੱਚ ਲਾਲੀ ਤਾਲੀ ਵਾਲਾ ਠੀਕ ਹੈ ਜੀ ਓਕੇ ਓਕੇ ਵਧੀਆ ਭਾਈ ਓਕੇ ਭਾਈ ਜਾਨ ਗੋਲਡਨ ਰਿਟਰੀਵਰ ਹੀ
ਕਿਹੜਾ ਕਹਿੰਦਾ ਪੰਜੀ ਤੇ ਬਿੱਲੀ ਅਣਜਾਣ ਬੰਦੇ ਕੋ ਤੋਂ ਕਰੇ ਗਏ ਭਾਈ ਪਰਸ਼ਨ ਕਿਹੜਾ ਮੇਲ ਹੈ ਜੇ ਮੇਲ ਹੈ ਮੇਲ ਇਹ ਕਿਤੇ ਨੇਚਰ ਇਹਨਾਂ ਦਾ ਕਿਤੇ ਹੁੰਦਾ ਹੈ ਜਾਵੇ ਨਾ ਤੇ ਭਾਈ ਕੀ ਇਹਨਾਂ ਦਾ ਕਿਆ ਹਿਸਾਬ ਦਾ ਕਿੰਨਾ ਪ੍ਰਾਈਸ ਰੇਂਜ ਇਹਨਾਂ ਦੀ ਹੁੰਦੀ ਹੈ ਇਸ ਕੀ ਮਤਲਬ 12 ਸੇ 15 ਕੇ ਵਿੱਚ ਵਿੱਚ ਇਸਕਾ ਬੱਚਾ ਹੁੰਦਾ ਹੈ ਠੀਕ ਹੈ ਬੱਚੇ ਵੀ ਪੜੇ ਆਪਣੇ ਕੋਲ ਚੰਡੀਗੜ੍ਹ ਸੇ ਹੁੰਦਾ ਤੇ ਕਿੰਨੀ ਕਿੰਨਾ ਦੀ ਏਜ ਤੁਸੀਂ ਦਿੰਦੇ ਹੋ ਤਾਂ ਇਹ ਉਹ 2 ਮਹੀਨੇ ਸੇ 2 ਮਹੀਨੇ ਕਰਕੇ ਇਹਨੇ ਵੈਕਸੀਨੇਸ਼ਨ ਕਿਆ ਵੈਕਸੀਨੇਸ਼ਨ ਲਗਵਾ ਕੇ ਓਕੇ ਇਹਨੇ ਤੇ ਕਿੰਨੀ ਉਹੀ ਡੌਗ ਵਾਂਗੂ ਵੈਕਸੀਨ ਉਹੀ ਵੈਕਸੀਨੇਸ਼ਨ ਹੁੰਦੀ ਹੈ ਠੀਕ ਹੈ ਨੰਬਰ ਭਾਈ ਸਾਡੇ ਕੋਲ ਦਾ 6239 08 6174 ਠੀਕ ਹੈ ਭਾਈ ਇਹ ਕਲਰ ਕਲਰ ਵਾਈਟ ਹੀ ਹੁੰਦਾ ਹੈ ਕਿ ਇਹਦਾ ਨਹੀਂ ਅਲੱਗ ਅਲੱਗ ਕਲਰ ਹੈ ਵਾਈਟ ਕੈਮਲ ਕਲਰ ਬਰਾਊਨ ਕਾਫੀ ਸਾਰੇ ਕਲਰ ਹੈ ਤੁਹਾਡੇ ਕੋਲ ਅਵੇਲੇਬਲ ਹੁੰਦੇ ਸਾਰੇ ਸਾਰੇ ਕਲਰ ਠੀਕ ਹੈ ਭਾਈ ਸੋਹਣੇ ਲੱਗਦੇ ਇਹਦਾ ਇਹਦਾ ਨੜਦੀ ਨੜਦੀ ਤਾਂ ਨਹੀਂ ਭਈ ਇਹਦਾ ਹਾਂਜੀ ਤੇ ਆਹ ਸਾਡਾ ਡੌਗ ਸ਼ੋ ਤੇ ਆਹ ਇਧਰ ਬੁੱਲੀ ਬਣੇ ਹੋਏ ਨੇ ਤੇ ਚੱਲਦੇ ਆ ਆਪਾਂ ਹੁਣ ਪੈਨੇ ਜੀ ਹਾਈ ਮਾਉਂਟ ਦਾ ਤੇਲ ਪਵਾਤਾ ਏ ਤੇ ਐਕਸਟਰਾ ਪਾਵਰ ਵਾਲਾ ਯਾਰ ਤੇ ਇਹ ਵੀ ਉਹ ਭਾਜੀ ਅੱਜ ਉਹਨਾਂ ਨੇ ਵੱਖਰਾ ਹੀ ਗਈ ਇੱਧਰ ਜਾਣਾ ਭਾਜੀ ਆਪਾਂ ਅਜੇ ਐਤਵਾਰ ਹੈਗਾ ਜੋਨ ਭਾਜੀ ਹੁਣੀ ਆਪਣੇ ਘਰ ਦੇ ਕੰਮ ਚਲਾਉਣਗੇ ਨਵੇਂ ਬੰਦੇ ਕਰਦੇ ਨੀ ਤੁਸੀਂ ਸਾਡੇ ਵੀਡੀਓ ਬਣਾਉਣੇ ਪਏ ਆ ਚਲੋ ਮਿਲਦੇ ਅਗਲੀ ਵੀਡੀਓ ਚੰਗਾ ਜੀ।